नमस्कार, आप देख रहे हैं बस्ती टाइम 24 न्यूज और मैं हूं आपके साथ ज्योति पांडे, जहां हम आपको दिखाएंगे बड़ी और महत्वपूर्ण खबरें। तो हर राज्यों की खबरों को देखने के लिए चैनल को अभी लाइक करना, सब्सक्राइब करना और शेयर करना ना भूलें। तो चलिए शुरुआत करते हैं कुछ खास खबरों से। बैसाखी पर्व को लेकर पूंछ जिले में स्थित प्राचीन एवं धार्मिक गुरुद्वारा सरोमणी डेरा संतपुरा नगाली साहब में बैसाखी पर्व को लेकर हो रही तैयारियों की समीक्षा करने के लिए जिला विकास आयुक्त पूंछ यासीन मोहम्मद चौधरी और एसएसपी पूंछ युगल मनहास जिला प्रशासनिक अधिकारियों के साथ सरोमणी डेरा संतपुरा नगाली साहब का दौरा किया। अमरजीत सिंह पूंछ की रिपोर्ट। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ DDC ਯਾਸੀਨ ਚੌਧਰੀ ਜੀ, SSP ਪੁੰਛ ਯੁਗਲ ਮਨਾਸ ਜੀ, DSP ਹੈੱਡਕੁਆਰਟਰ, SHO ਸਾਹਿਬ ਹੋਰ ਸਮੁੱਚੀ ਟੀਮ, ਮੈਂ ਕਹਾਂਗਾ ਸਾਰੀ ਹੀ ਐਡਮਿਨਿਸਟ੍ਰੇਸ਼ਨ ਡੇਰਾ ਸੰਤਪੁਰਾ ਨਗਾਲੀ ਸਾਹਿਬ ਵਿਖੇ ਪੁੱਜੀ। ਸ਼੍ਰੀ ਮਨਮੋਹਨ ਸਾਹਿਬ ਵੀ ਹੀ ਅੱਜ ਹੀ ਜੋ ਹੈ ਉੱਥੇ ਪੁੱਜੇ ਸਨ। ਐਡਮਿਨਿਸਟ੍ਰੇਸ਼ਨ ਦੇ ਨਾਲ ਬੜੀ ਲੰਬੀ ਚੌੜੀ ਗੱਲਬਾਤ, ਇੱਕ ਰਿਵਿਊ ਮੀਟਿੰਗ ਕਹਿ ਸਕਦੇ ਹਾਂ, ਉੱਥੇ ਕੀਤੀ ਗਈ। ਔਰ ਵਿਸ਼ੇਸ਼ ਤੌਰ 'ਤੇ ਜੋ ਸਾਡੇ ਐਡਵੋਕੇਟ ਨੇ ਸਰਦਾਰ ਰਾਜਿੰਦਰ ਸਿੰਘ ਜੀ, ਜਿਨ੍ਹਾਂ ਨੂੰ PP ਸਾਹਿਬ ਅਸੀਂ ਕਹਿੰਦੇ ਹਾਂ, ਉਹਨਾਂ ਨੇ ਬੜੀ ਵਿਸਤਾਰ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੀਆਂ ਜੋ ਉੱਥੇ ਦੀਆਂ ਤਿਆਰੀਆਂ ਸਨ ਜਾਂ ਉੱਥੇ ਦੀਆਂ ਜੋ ਲੋੜਾਂ ਨੇ ਉਹ ਸਾਰੀਆਂ ਉਹਨਾਂ ਦੇ ਨਾਲ ਡਿਸਕਸ ਕੀਤੀਆਂ ਨੇ। ਔਰ DC ਸਾਹਿਬ ਨੇ ਵੀ ਬੜਾ ਅੱਛਾ ਰਿਸਪਾਂਸ, ਐਡਮਿਨਿਸਟ੍ਰੇਸ਼ਨ ਨੇ ਬਹੁਤ ਅੱਛਾ ਰਿਸਪਾਂਸ ਦਿੱਤਾ ਹੈ। ਔਰ ਕਾਫੀ ਸੁਵਿਧਾਵਾਂ, ਖਾਸ ਕਰਕੇ ਮੈਂ ਕਹਾਂਗਾ ਕਿ ਥੱਲੇ ਇੱਕ ਨੈਸ਼ਨਲ ਜੋ ਇੱਕ ਪਾਰਕ ਦੀ ਜੋ ਹੈ ਇਕੋਲੋਜੀਕਲ ਪਾਰਕ, ਉਸ ਦੀ ਗੱਲ ਕੀਤੀ ਗਈ। ਹੋਰ ਚੀਜ਼ਾਂ ਜਿਹੜੀਆਂ ਨੇ, ਕੁਛ ਜੋ ਉੱਥੇ ਦੀ ਬੰਨ ਵਗੈਰਾ ਬਣਨ ਦੀ, ਹੋਰ ਕਾਫੀ ਗੱਲਾਂ ਜਿਹੜੀਆਂ ਮੈਂ ਕਹਾਂਗਾ ਕਿ ਉਹ ਸਾਰੀਆਂ ਗੱਲਾਂ ਉੱਥੇ ਡਿਸਕਸ ਕੀਤੀਆਂ ਗਈਆਂ। ਵਿਸਾਖੀ ਦੇ ਜੋ ਖਾਲਸੇ ਦਾ ਜਨਮ ਦਿਹਾੜਾ ਹੈ ਉਸ ਨੂੰ ਵੀ ਮੁੱਖ ਰੱਖਦਿਆਂ ਹੋਇਆਂ ਜੋ ਵੀ ਤਿਆਰੀਆਂ ਸਨ ਉਹ ਸਾਰੀਆਂ ਉੱਥੇ ਡਿਸਕਸ ਕਰਕੇ, ਅਤੇ DC ਸਾਹਿਬ ਨੇ ਬੜਾ ਵੱਡਾ ਇੰਟਰਸਟ ਲਿਆ, ਬਹੁਤ ਸ਼ੌਕ, ਬੜਾ ਮਨ ਕਰਕੇ ਉਹਨਾਂ ਨੇ ਇੱਕ ਖੁਸ਼ੀ ਪ੍ਰਗਟ ਕੀਤੀ ਹੈ ਕਿ ਬੜਾ ਵੱਡਾ ਸਥਾਨ ਹੈ, ਬੜੀ ਅੱਛੀ ਜਗ੍ਹਾ ਹੈ, ਬਹੁਤ ਹੀ ਟੂਰਿਜ਼ਮ ਦਾ ਇੱਕ ਬਹੁਤ ਵੱਡਾ, ਰਿਲੀਜੀਅਸ ਟੂਰਿਜ਼ਮ ਦਾ ਇੱਕ ਬਹੁਤ ਵੱਡਾ ਸਪਾਟ ਹੈ। ਅਸੀਂ ਇਸ ਨੂੰ ਬੜੇ ਅੱਛੇ ਢੰਗ ਦੇ ਨਾਲ, ਉਹਨਾਂ ਨੇ ਇੱਕ ਪੈਂਫਲਿਟ ਵੀ ਜਿਹੜਾ ਹੈ ਖਾਸ ਕਰਕੇ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ ਉਹ ਵੀ ਇੱਕ ਕੱਢਿਆ ਹੈ। ਤੋ ਅਸੀਂ ਟੂਰਿਜ਼ਮ ਦੀ ਤਰਫੋਂ ਵੀ ਜੋ ਉਹਨਾਂ ਨੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ DC ਸਾਹਿਬ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, SSP ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਮੁੱਚੀ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ। ਔਰ ਮੈਂ ਬੇਨਤੀ ਜ਼ਰੂਰ ਕਰ ਦੇਵਾਂ ਕਿ ਖਾਲਸੇ ਦੇ ਜੋ 325 ਅਸੀਂ ਮਨਾ ਰਹੇ ਹਾਂ ਜਨਮ ਦਿਹਾੜਾ, ਇਸ ਦੇ ਸੰਬੰਧ ਵਿੱਚ ਇੱਕ ਸ਼੍ਰੀਮਾਨ ਮਨ ਸਾਹਿਬ ਜੀ ਦੀ ਸਰਪ੍ਰਸਤੀ ਜੋ ਹੈ, ਉਹਨਾਂ ਦੀ ਸੋਚ ਦੇ ਮੁਤਾਬਕ, ਉਹਨਾਂ ਦੇ ਇੱਕ ਪਲਾਨ ਦੇ ਮੁਤਾਬਕ ਅਸੀਂ ਇੱਕ ਬਹੁਤ ਵੱਡਾ ਨਗਰ ਕੀਰਤਨ ਜਿਹੜਾ ਹੈ ਸ਼੍ਰੀਮਾਨ ਮਨ ਸਾਹਿਬ ਜੀ ਦੇ ਗੁਰਦੁਆਰੇ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ, ਜਿਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਜੋ ਹੈ ਜਿੱਥੇ ਸਮੂਹ ਸੰਗਤਾਂ ਦੇ ਉੱਤੇ ਹੈ, ਸਾਰੀਆਂ ਆਰਗਨਾਈਜੇਸ਼ਨਸ ਦੇ ਉੱਤੇ ਹੈ, ਸਾਰੀਆਂ ਪੁੰਛ ਦੀਆਂ ਸੰਗਤਾਂ ਦੇ ਉੱਤੇ ਹੈ, ਉੱਥੇ ਜੋ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਹੈ ਉਹਨਾਂ ਨੇ ਆਪਣੇ ਸਿਰ ਲਈ ਹੋਈ ਹੈ, ਔਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਹੋਵੇ ਜਾਂ ਹੋਰ ਆਰਗਨਾਈਜੇਸ਼ਨ, ਸਾਰਿਆਂ ਨੇ ਮਿਲ ਕੇ ਇੱਕ ਬਹੁਤ ਵੱਡਾ ਨਗਰ ਕੀਰਤਨ ਜੋ 11 ਤਰੀਕ ਨੂੰ ਜੋ ਹੈ ਤਕਰੀਬਨ ਲਗਭਗ 11:30 ਸ਼੍ਰੀਮਾਨ ਮਨ ਸਾਹਿਬ ਜੀ ਦੇ ਗੁਰਦੁਆਰੇ ਤੋਂ ਨਿਕਲੇਗਾ, ਜਿਹਦੇ ਵਿੱਚ ਸ਼੍ਰੀਮਾਨ ਮਨ ਸਾਹਿਬ ਜੀ ਆਪ ਜੋ ਹੈ ਉਹ ਉਸ ਦੇ ਵਿੱਚ ਸ਼ਮੂਲੀਅਤ ਕਰਨਗੇ। ਤੋ ਮੈਂ ਸਮੂਹ ਸੰਗਤਾਂ ਪ੍ਰਤੀ ਬੇਨਤੀ ਕਰਦਾ ਹਾਂ ਕਿ ਆਪ ਜੀ ਆਪਣੇ
ਨਿੱਜੀ ਕੰਮਕਾਜ ਇੱਕ ਪਾਸੇ ਰੱਖ ਕੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ। ਔਰ ਅਸੀਂ ਜੋ ਖਾਲਸੇ ਦਾ ਜਨਮ ਦਿਹਾੜਾ 13 ਤਰੀਕ ਵਿਸਾਖੀ ਜੋ ਡੇਰਾ ਸੰਤਪੁਰਾ ਸਾਹਿਬ ਨੰਗਾਲੀ ਸਾਹਿਬ ਮਨਾਈ ਜਾ ਰਹੀ ਹੈ, ਉਹਦੇ ਵਿੱਚ ਵੀ ਅਸੀਂ ਆਪਣੇ ਸਾਰੇ ਰੁਝਾਵੇਂ ਛੱਡ ਕੇ ਉੱਥੇ ਪੁੱਜੀਏ ਤਾਂ ਕਿ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਬਾਹਰ ਤੋਂ ਰਾਗੀ ਜਥੇ ਕੀਰਤਨੀਏ ਹੋਰ ਪ੍ਰਚਾਰਕ ਵੀਰ ਜੋ ਆ ਰਹੇ ਨੇ ਉਹਨਾਂ ਦੇ ਜੋ ਅਸੀਂ ਜੋ ਹੈ ਸ਼ਬਦ ਸੁਣ ਕੇ ਵਿਚਾਰਾਂ ਸੁਣ ਕੇ ਆਪਣਾ ਜੋ ਜੀਵਨ ਹੈ ਉਸਨੂੰ ਸਫਲਾ ਕਰ ਸਕੀਏ। ਤਾਂ ਇੱਕ ਵਾਰ ਫਿਰ ਮੈਂ DC ਇੱਥੇ ਦੇ ਐਡਮਿਨਿਸਟ੍ਰੇਸ਼ਨ ਦਾ, ਸਮੁੱਚੀ ਐਡਮਿਨਿਸਟ੍ਰੇਸ਼ਨ ਦਾ, DDC ਸਾਹਿਬ ਦਾ, SSP ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਆਸ ਕਰਦਾ ਹਾਂ ਕਿ ਜੋ ਇੰਟਰਸਟ ਉਹਨਾਂ ਨੇ ਸ਼ੋਅ ਕੀਤਾ ਹੈ ਉਹ ਅੱਗੇ ਵੀ ਇਸ ਤਰ੍ਹਾਂ ਹੋਏਗਾ। ਤਾਂ ਇੱਕ ਵਾਰ ਫਿਰ ਸਮੂਹ ਸੰਗਤਾਂ ਨੂੰ ਜਿੱਥੇ ਮੈਂ ਬੇਨਤੀ ਕਰਦਾ ਹਾਂ ਨਿਮਰਤਾ ਸਹਿਤ ਕਿ ਇੱਥੇ ਆ ਕੇ ਪੁੱਜੋ ਡੇਰਾ ਸੰਤਪੁਰਾ ਨੰਗਾਲੀ ਸਾਹਿਬ 13 ਤਰੀਕ ਨੂੰ ਔਰ 11 ਤਰੀਕ ਨੂੰ ਨਗਰ ਕੀਰਤਨ ਵਿੱਚ ਪੁੱਜੋ। ਉੱਥੇ ਅਸੀਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੱਧ ਕਰਦੇ ਖੇਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।